ਸਤਿ ਸ਼੍ਰੀ ਅਕਾਲ ਸਾਰੇ ਕਿਸਾਨਾਂ ਨੂੰ। ਅਤੇ ਕੋਟਨ ਦੀ ਕਰੋਪ ਤੁਸੀਂ ਦੇਖ ਰਹੇ ਹੋ, ਹੁਣ ਲਗਾਤਾਰ ਚੁਗਾਈਆਂ ਦਾ ਸਮਾਂ ਚੱਲ ਰਿਹਾ। ਨਰਮੇ ਦੀ ਫਸਲ ਦੇ ਵਿੱਚ ਚੁਗਾਈਆਂ ਦਾ ਸਮਾਂ ਹੁਣ ਸਟਾਰਟ ਹੈ। ਕਿਸੇ ਨੇ ਤਾਂ ਇੱਕ ਇੱਕ ਚੁਗਾਈ ਕਰ ਵੀ ਲਈ ਹੈ, ਅਤੇ ਇਸ ਚੀਜ਼ ਦੀ ਜ਼ਰੂਰਤ ਤਾਂ ਨਹੀਂ ਪੈਣੀ ਜੇ ਹੁਣ ਇੱਕ ਵਾਰੀ, ਪਰ ਤੁਹਾਨੂੰ ਦੱਸ ਰਿਹਾ ਮੈਂ। ਜਿਹੜੇ ਆਪਾਂ ਮੇਨ ਵੀਡੀਓ ਬਣਾਉਣ ਦਾ ਮਕਸਦ ਮੇਰਾ ਉੱਪਰ ਵਾਲੀ ਸਾਈਡ ਦਾ ਜਿਹੜਾ ਫਰੂਟ ਹੁੰਦਾ, ਉਹ ਆਪਾਂ ਕਿਵੇਂ ਆਪਦੇ ਖੇਤ ਵਿੱਚ ਹੀ ਤਿਆਰ ਕਰਨਾ, ਉਸ 'ਤੇ ਇਹ ਵੀਡੀਓ ਬਣ ਰਹੀ ਹੈ। ਸਾਥੀਓ, ਵੀਡੀਓ ਨੂੰ ਪੂਰਾ ਦੇਖਣਾ। ਜਿਹੜਾ ਉੱਪਰ ਵਾਲਾ ਫਰੂਟ ਹੈ ਜਿਹੜਾ ਹੁਣ ਲੱਗ ਰਿਹਾ, ਉਹ ਆਪਾਂ ਕਿਵੇਂ ਇਹਦਾ ਆਪਾਂ ਇੱਥੇ ਖੇਤ ਦੇ ਵਿੱਚ ਹੀ ਖੜਾਵ ਕਰਾਉਣਾ, ਇਸ ਵਾਸਤੇ ਤੁਹਾਨੂੰ ਦੱਸ ਰਿਹਾ ਮੈਂ ਕਿ ਆਪਾਂ ਘਰ ਅਗਰ ਟਿੰਡੇ ਵਗੈਰਾ ਬੋਲ ਵਗੈਰਾ ਤੋੜ ਕੇ ਲਿਆਉਂਦੇ ਹੋ ਤਾਂ ਆਪਣੇ ਹੱਥ ਪੱਲੇ ਕੁਛ ਵੀ ਨਹੀਂ ਰਹਿੰਦਾ, ਅਤੇ ਆਪਣੇ ਜ਼ਿਆਦਾ ਖਰਚਾ ਪੈ ਜਾਂਦਾ ਅਤੇ ਬੱਚਤ ਜ਼ਿਆਦਾ ਹੁੰਦੀ ਨਹੀਂ, ਕਿਉਂਕਿ ਇੱਕ ਕੁਇੰਟਲ ਦੇ ਵਿੱਚ 10-12 ਕਿਲੋ ਨਰਮਾ ਹੀ ਨਿਕਲੂਗਾ ਤੁਹਾਡੇ। ਤੁਸੀਂ ਇੱਥੇ ਖੜਾਵ ਕਰ ਲਓਗੇ ਤਾਂ ਚੰਗਾ ਤੁਹਾਨੂੰ ਫਾਇਦਾ ਹੋ ਜੂਗਾ, ਤੁਹਾਨੂੰ ਚੁਗਾਈ ਦੇ ਰੇਟ ਵੀ ਘੱਟ ਪੈਣਗੇ। ਠੀਕ ਹੈ ਸਾਥੀਓ, ਤੁਸੀਂ ਇੱਥੇ ਫੋਨ ਜਿਹੜਾ ਇਥਰਲ ਆਉਂਦਾ ਹੈ ਉਹਦਾ ਯੂਜ ਕਰ ਸਕਦੇ ਹੋ। ਇੱਥੇ ਫੋਨ ਇਥਰਲ ਦਾ ਯੂਜ 150 ml ਪਰ ਏਕੜ ਦੇ ਵਿੱਚ ਯੂਜ ਕਰ ਸਕਦੇ ਹੋ, ਪਰ ਉਹਨਾਂ ਚੀਜ਼ਾਂ ਦਾ ਯੂਜ ਤੁਸੀਂ ਉਦੋਂ ਕਰਨਾ ਜਿਵੇਂ ਲਾਸਟ ਦੀ ਸਟੇਜ ਦੇ ਵਿੱਚ, ਜਦੋਂ ਤੁਹਾਡੀਆਂ 2 ਚੁਗਾਈਆਂ 3 ਚੁਗਾਈਆਂ ਹੋ ਗਈਆਂ, ਮਤਲਬ ਜਮਾ ਐਂਡ ਲਾਸਟ ਸਟੇਜ ਦੇ ਵਿੱਚ ਉਹਨਾਂ ਨੂੰ ਤੁਸੀਂ ਯੂਜ ਕਰਨਾ, ਤੁਸੀਂ ਆਪਦੇ ਇਹਨਾਂ ਨੂੰ ਖੜਾ ਸਕਦੇ ਹੋ। MOP ਦਾ ਜਿਹੜਾ 60% ਆਉਂਦਾ ਹੈ, 0-0 60%, ਉਹਦਾ ਯੂਜ ਕਰ ਸਕਦੇ ਹੋ। ਉਹਦਾ ਯੂਜ ਕਰਦੇ ਹੀ ਤੁਹਾਡਾ ਜਿਹੜੇ ਪਲਾਂਟ ਦੇ ਪੱਤੇ ਆ ਉਹ ਬਿਲਕੁਲ ਡੈਮੇਜ ਹੋ ਜਾਣਗੇ, ਥੱਲੇ ਡਿੱਗ ਪੈਣਗੇ, ਅਤੇ ਉੱਤੇ ਜਿਹੜਾ ਖੜਾਵ ਲੈ ਜੂਗਾ ਪੌਦਾ, ਜਿਹੜੇ ਟਿੰਡੇ ਬਚੇ ਹੋਣਗੇ। ਤਾਂ ਇਹਨਾਂ ਗੱਲਾਂ ਨੂੰ ਧਿਆਨ ਰੱਖ ਕੇ ਜਿਹੜੇ ਕਿਸਾਨ ਦੇ ਜ਼ਿਆਦਾ ਟਿੰਡੇ ਬਚਦੇ ਹੈ, ਇੱਕ ਪਲਾਂਟ ਦੇ 5 ਟਿੰਡੇ 6 ਟਿੰਡੇ 10 ਟਿੰਡੇ ਤੱਕ ਬਚ ਰਹੇ ਹੈ ਲਾਸਟ ਦੇ ਵਿੱਚ, ਤਾਂ ਉੱਥੇ ਤੁਸੀਂ ਇਹਨਾਂ ਚੀਜ਼ਾਂ ਦਾ ਯੂਜ ਕਰ ਸਕਦੇ ਹੋ ਅਤੇ ਫਾਇਦਾ ਉਠਾ ਸਕਦੇ ਹੋ। ਚੁਗਾਈਆਂ ਦਾ ਸਮਾਂ ਲਗਾਤਾਰ ਜਾਰੀ ਹੈ, ਆਪਦੇ ਹਿਸਾਬ ਦੇ ਨਾਲ ਹੀ ਤੁਸੀਂ ਦੇਖ ਕੇ ਆਪਦੇ ਖੇਤ ਦੇ ਵਿੱਚ ਵੀ ਸਾਡੇ ਕਿੰਨੇ ਕੁ ਬੋਲ ਬਾਕੀ ਹੈ, ਉਸ ਹਿਸਾਬ ਨਾਲ ਤੁਸੀਂ ਇਹਤੇ ਸਪਰੇ ਕਰ ਸਕਦੇ ਹੋ ਅਤੇ ਖਿਡਾਵ ਲੈ ਸਕਦੇ ਹੋ। ਜਿਵੇਂ ਵੀ ਸਾਡੇ ਕੋਲ ਕੋਈ ਹੋਰ ਵੀਡੀਓ ਆਉਣੀ ਹੈ ਉਹ ਤੁਹਾਨੂੰ ਦੱਸਾਂਗੇ ਜ਼ਰੂਰ, ਕੋਈ ਨਵੀਂ ਚੀਜ਼ ਆਊਗੀ। ਸਰੀਰ ਤੁਹਾਨੂੰ ਵੀਡੀਓ ਦੀਆਂ ਦਿੱਤੀਆਂ, ਇੱਕ ਵਾਰੀ ਹਰ ਵਾਰੀ ਹਰ ਸਮੱਸਿਆ 'ਤੇ ਵੀਡੀਓ ਬਣਾ ਕੇ ਦਿੱਤੀ ਹੈ, ਅਤੇ ਤੁਸੀਂ ਇਹਨਾਂ ਚੀਜ਼ਾਂ ਦਾ ਗੌਰ ਕਰਕੇ ਵੀਡੀਓ 'ਤੇ ਥੋੜ੍ਹਾ ਜਿਹਾ ਦੇਖ ਕੇ ਅਤੇ ਜ਼ਰੂਰ ਟਰਾਈ ਕਰਨਾ। ਫਾਲ ਤੁਸੀਂ ਨਰਮੇ ਦੇ ਉੱਤੇ ਦੇਖ ਰਹੇ ਹੋ, ਜੀਤ ਦੇ ਉੱਤੇ, ਅਤੇ ਉੱਪਰ ਵਾਲਾ ਜਿਹੜਾ ਫਰੂਟ ਹੈ ਇਹ ਤੁਸੀਂ ਅਗਰ ਕਾਮਯਾਬ ਕਰਨਾ ਤਾਂ ਆਹ ਵਿਧੀ ਜ਼ਰੂਰ ਅਪਣਾਓ, ਅਤੇ ਉੱਪਰ ਵਾਲੇ ਫਰੂਟ ਨੂੰ ਤਿਆਰ ਕਰਕੇ ਆਪਦੇ ਰੇਟ ਦੇ ਵਿੱਚ ਇਜਾਫਾ ਪਾ ਕੇ ਉਤਪਾਦਨ ਨੂੰ ਵਧਾ ਲਓ ਆਪਦੇ ਨੂੰ, ਅਤੇ ਚੰਗੇ ਭਾਅ ਲੈ ਲਓ। ਠੀਕ ਹੈ ਸਾਥੀਓ, ਮਿਲਦੇ ਹਾਂ ਆਪਾਂ ਅਗਲੀ ਵੀਡੀਓ ਦੇ ਵਿੱਚ।